ਸਤਿ ਸ਼੍ਰੀ ਅਕਾਲ ਜੀ, ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਹਰਮਨਪ੍ਰੀਤ ਕੌਰ ਤੇ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ। ਇਸ ਪ੍ਰੋਗਰਾਮ ਦੇ ਵਿੱਚ ਅਕਸਰ ਅਸੀਂ ਗੱਲਬਾਤ ਕਰਦੇ ਹਾਂ ਉੱਗੀਆਂ ਹਸਤੀਆਂ ਦੇ ਨਾਲ, ਕਦੀ ਗਾਇਕਾਂ ਦੇ ਨਾਲ ਤੇ ਕਦੀ ਹੋਰ ਜਿਹੜੀਆਂ ਸਮਾਜ ਦੇ ਵਿੱਚ ਵਿਚਰਦੀਆਂ ਹਸਤੀਆਂ ਨੇ ਉਹਨਾਂ ਦੇ ਨਾਲ। ਸੋ ਅੱਜ ਵੀ ਇਸ ਵਿਸ਼ੇਸ਼ ਗੱਲਬਾਤ ਦੇ ਵਿੱਚ ਉਹ ਬੀਬੀ ਮੇਰੇ ਨਾਲ ਹੈ ਜਿਹੜੀ ਕਿਸੇ ਵੀ ਜਾਣ ਪਛਾਣ ਦਾ ਮੁਹਤਾਜ ਨਹੀਂ, ਜਿਹਨੇ ਗਾਇਕੀ ਦੇ ਪਿੜ ਦੇ ਵਿੱਚ ਆਪਣਾ ਵੱਖਰਾ ਨਾਮ ਬਣਾਇਆ, ਆਪਣਾ ਨਾਂ ਚਮਕਾਇਆ। ਸੋ ਮੇਰੀ ਮੁਰਾਦ ਹੈ ਜੀ ਬੀਬੀ ਸੁਦੇਸ਼ ਕੁਮਾਰੀ ਜੀ ਤੋਂ। ਭੈਣ ਜੀ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਹਾਂਜੀ ਹਰਮਨਪ੍ਰੀਤ ਕੌਰ ਜੀ, ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਤੇ ਨਿਊਜ਼ੀਲੈਂਡ ਦੇ ਵਿੱਚ ਸਾਡੇ ਵਾਲਾ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਭੈਣ ਜੀ ਅੱਜ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਤੁਹਾਡੀ ਗਾਇਕੀ ਨਾਲ ਜੁੜੀਆਂ ਹੋਈਆਂ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆਪਣੇ ਸਰੋਤਿਆਂ ਨਾਲ ਸਾਂਝੀਆਂ ਕਰਾਂਗੇ। ਸੋ ਸਭ ਤੋਂ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੀ ਗਾਇਕੀ ਦੀ ਸ਼ੁਰੂਆਤ ਦੀ। ਸੋ ਇਹ ਸ਼ੁਰੂਆਤ ਤੁਹਾਨੂੰ ਇਹ ਗਾਇਕੀ ਗੁੜਤੀ ਦੇ ਵਿੱਚ ਮਿਲੀ ਜਾਂ ਸ਼ੌਂਕ ਕਰਕੇ ਸ਼ੁਰੂ ਕੀਤੀ ਸੀ? ਇਹ ਮੈਨੂੰ ਹਰਮਨ ਜੀ ਹੈ ਤਾਂ ਬਚਪਨ ਤੋਂ ਹੀ ਸ਼ੌਂਕ ਸੀਗਾ। ਮੰਮੀ ਘਰੇ ਮਦਰ ਮੇਰੇ ਗਾਉਂਦੇ ਹੁੰਦੇ ਸੀਗੇ ਜੀ, ਤੇ ਚੇਤਕ ਮੈਨੂੰ ਉਹਨਾਂ ਤੋਂ ਲੱਗੀ ਸੀਗੀ ਤੇ ਬਾਕੀ ਉਹਨਾਂ ਤੋਂ ਹੀ ਮੈਨੂੰ ਚੇਤਕ ਲੱਗੀ, ਫਿਰ ਉਹਨਾਂ ਤੋਂ ਮੈਨੂੰ ਸ਼ੌਂਕ ਪੈ ਗਿਆ। ਉਹ ਕੀਰਤਨ ਅਕਸਰ ਘਰ ਦੇ ਵਿੱਚ ਕਰਦੇ ਹੁੰਦੇ ਸੀਗੇ ਜੀ, ਤੇ ਫਿਰ ਬਸ ਏਦਾਂ ਹੀ ਮੇਰਾ ਸ਼ੌਂਕ ਬਣ ਗਿਆ ਜੀ। ਸੋ ਤੁਸੀਂ ਆਪਣੇ ਮਾਤਾ ਜੀ ਦੇ ਕੋਲੋਂ ਹੀ ਸਿੱਖਦੇ ਰਹੇ ਹੋ ਜਾਂ ਫਿਰ ਹੌਲੀ ਹੌਲੀ ਅੱਗੇ ਇਸ ਗਾਇਕ ਨੂੰ, ਕਿਉਂਕਿ ਪ੍ਰੋਫੈਸ਼ਨ ਦੇ ਤੌਰ ਦੇ ਉੱਪਰ ਅਪਣਾਉਣਾ ਤੇ ਸ਼ੌਂਕ ਦੇ ਤੌਰ ਦੇ ਉੱਪਰ ਗਾਉਣਾ ਦੋਵੇਂ ਵੱਖਰੀਆਂ ਚੀਜ਼ਾਂ ਨੇ, ਸੋ ਤੁਸੀਂ ਫਿਰ ਆਪਣੇ ਮਾਤਾ ਜੀ ਤੋਂ ਹੀ ਸਿੱਖਿਆ ਹਾਸਲ ਕਰਦੇ ਰਹੇ ਹੋ ਜਾਂ ਫਿਰ ਕਿਸੇ ਨੂੰ ਗੁਰੂ ਧਾਰਿਆ ਅੱਗੇ? ਇਸ ਤਰ੍ਹਾਂ ਸੀ ਵੀ ਬਾਕੀ ਜਿਹੜਾ ਮੈਂ ਸਟਾਰਟਿੰਗ ਗੁੜਤੀ ਦੀ ਗੱਲ ਕੀਤੀ ਉਹ ਤਾਂ ਮੇਰੇ ਮਦਰ ਹੀ ਹੈਗੇ ਆ, ਹੈ ਨਾ ਜੀ। ਤੇ ਬਾਕੀ ਮੈਂ ਗੁਰੂ ਜੀ ਵੀ ਮੇਰੇ ਉਸਤਾਦ ਜੀ ਵੀ ਸੀਗੇ, ਮਾਸਟਰ ਓਮ ਪ੍ਰਕਾਸ਼ ਜੀ, ਜਿਹਨਾਂ ਕੋਲੋਂ ਮੈਂ ਸਿੱਖਿਆ ਹੈ ਜੀ। ਤੇ ਉਹਨਾਂ ਕੋਲ ਵੀ ਮੈਂ ਸੰਗੀਤ ਦੀ ਮਤਲਬ ਕਿ ਇਹ ਸਿੱਖਿਆ ਹਾਸਲ ਕੀਤੀ ਆ ਮਾਸਟਰ ਓਮ ਪ੍ਰਕਾਸ਼ ਜੀ ਜੀ। ਸੋ ਭੈਣ ਜੀ ਸਭ ਤੋਂ ਪਹਿਲਾਂ ਗਾਣਾ ਕਿਹੜਾ ਰਿਕਾਰਡ ਸੀ ਤੁਹਾਡਾ? ਮੇਰਾ ਹਰਮਨ ਜੀ ਪਹਿਲਾ ਗਾਣਾ ਰਿਕਾਰਡ ਹੋਇਆ ਸੀਗਾ ਤ੍ਰਿੰਚਣ ਕੈਸਟ ਦੇ ਵਿੱਚ ਸੀਗਾ, ਸਰਦੂਲ ਸਿਕੰਦਰ ਜੀ ਦੇ ਨਾਲ ਆਪਣਾ ਮਾਹੀਆ ਸੀਗਾ, ਉਹਦੇ ਵਿੱਚ ਉਹਨਾਂ ਦੇ ਨਾਲ ਮੈਨੂੰ ਗਾਉਣ ਦਾ ਮੌਕਾ ਮਿਲਿਆ ਪਹਿਲਾਂ, ਤੇ ਮਾਹੀਆ ਤੋਂ ਹੀ ਮੇਰੀ ਸ਼ੁਰੂਆਤ ਹੋਈ ਸੀ ਜੀ ਜੀ। ਤੇ ਉਸ ਗੀਤ ਦੇ ਦੋ ਬੋਲ ਹੋ ਜਾਣ ਜੀ 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 ਸ਼ੋਰ ਜੀ। ਸੋ ਲਓ ਜੀ ਮੈਂ ਬਹੁਤ ਹੀ ਮਤਲਬ ਕਿ ਹਰਮਨ ਜੀ ਆਪਣੇ ਆਪ ਨੂੰ ਲੱਕੀ ਸਮਝਦੀ ਸੀ ਜਦੋਂ ਮੇਰੀ ਸਟਾਰਟਿੰਗ ਹੋਈ ਸੀਗੀ। ਮਾਹੀਆ ਮੇਰਾ ਸਰਦੂਲ ਜੀ ਨਾਲ ਆਇਆ ਸੀ, ਬਹੁਤ ਹੀ ਮਤਲਬ ਕਿ ਉਸਤਾਦ ਸਮਾਨ ਉਹਨਾਂ ਨੂੰ ਅਕਸਰ ਮੈਂ ਸੁਣਦੀ ਹੁੰਦੀ ਸੀਗੀ, ਤੇ ਉਹਨਾਂ ਨੂੰ ਸੁਣ ਕੇ ਹੀ ਮਤਲਬ ਕਿ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ। ਔਰ ਮੇਰਾ ਪਹਿਲਾ ਮਤਲਬ ਕਦਮ ਜਿਹੜਾ ਸੀਗਾ, ਸ਼ੁਰੂਆਤ ਜਿਹੜੀ ਹੋਈ ਬਹੁਤ ਸੁਰੀਲੀ ਸ਼ੁਰੂਆਤ ਹੋਈ ਆ ਉਹਨਾਂ ਦੇ ਨਾਲ ਗਾ ਕੇ। ਸੋ ਮੈਂ ਤੁਹਾਡੇ ਨਾਲ ਮਾਹੀਆ ਦੋ ਲਾਈਨਾਂ ਸ਼ੇਅਰ ਕਰਦੀ ਹਾਂ ਜੀ। ਹੱਥ ਪੂਣੀਆਂ ਟਾਕ ਤੇ ਚਰਖਾ ਹਾਏ, ਹੱਥ ਪੂਣੀਆਂ ਟਾਕ ਤੇ ਚਰਖਾ ਤ੍ਰਿੰਝਣੀ ਕੱਤਣ ਚੱਲੀ, ਜੇ ਮੈਂ ਤ੍ਰਿੰਝਣਾ ਚ ਬੋਲ ਪਛਾਣਾ ਇਹ ਗਲੀਆਂ ਚ ਦੇ ਦਾ, ਵੇ ਮੈਂ ਤ੍ਰਿੰਝਣਾ ਚ ਬੋਲ ਪਛਾਣਾ ਕਈ ਗਲੀਆਂ ਚ ਫਿਰ ਦੇ ਦਾ। ਹਾਂਜੀ ਇਹ ਮਾਹੀਆ ਸੀਗਾ ਗਾਇਆ ਮੈਂ। ਵਾਹ ਕੀ ਬਾਤ ਹੈ ਭੈਣ ਜੀ, ਇਹ ਗੀਤ ਕਿਹੜੇ ਸੰਨ ਦੇ ਵਿੱਚ ਆਇਆ ਸੀ? ਇਹ ਆਇਆ ਸੀ ਹਰਮਨ ਜੀ 2000 ਮਤਲਬ ਕਿ ਆਇਆ ਤੇ ਰਿਕਾਰਡ ਤਾਂ ਕੀਤਾ ਸੀ ਇਹ ਮੈਂ 94 ਦੇ ਵਿੱਚ ਮੇਰਾ ਖਿਆਲ ਕੀਤਾ ਸੀ ਜੀ, ਤੇ ਮੈਂ ਉਦੋਂ ਕੀ ਇਹ ਰਿਲੀਜ਼ ਹੋਇਆ ਸੀ ਗਾਣਾ ਮੈਂ ਨਾ ਯਾਦ ਭੁੱਲ ਜਾਂਦਾ ਮੈਨੂੰ, ਮੇਰਾ ਖਿਆਲ 94 ਚ ਪਤਾ 2000 ਜੀ। ਚਲੋ ਜਦੋਂ ਵੀ ਆਇਆ ਇਹ ਗੀਤ, ਇਹ ਗੀਤ ਹਾਂਜੀ ਹਾਂਜੀ 94 ਹੈ ਬਿਲਕੁਲ, ਹਾਂਜੀ ਹਾਂਜੀ 94 ਦੇ ਵਿੱਚ ਰਿਕਾਰਡ ਕੀਤਾ ਸੀ ਜੀ। ਤੇ ਇੱਕ ਮੇਰੀ ਜਾਣਕਾਰੀ ਚ ਜ਼ਰੂਰ ਵਾਧਾ ਕਰਿਓ, ਤੁਸੀਂ ਜਿਹੜੇ ਵੇਲੇ ਦੇ ਵਿੱਚ ਤੁਸੀਂ ਗਾਉਣਾ ਸ਼ੁਰੂ ਕੀਤਾ ਆ, ਜਦੋਂ ਤੁਸੀਂ ਕਹਿੰਦੇ ਹੋ ਵੀ ਤੁਹਾਡੇ ਘਰ ਦੇ ਵਿੱਚ ਗੀਤ ਸੰਗੀਤ ਵਾਲਾ ਮਾਹੌਲ ਸੀ, ਤੁਸੀਂ ਗੁਰੂ ਜੀ ਤੋਂ ਵੀ ਸਿੱਖੇ ਹੋ, ਉਹਨਾਂ ਦਿਨਾਂ ਦੇ ਵਿੱਚ ਕੁੜੀਆਂ ਦੇ ਇਸ ਕਿੱਤੇ ਦੇ ਵਿੱਚ ਆਉਣ ਦੇ ਉੱਪਰ ਬਹੁਤ ਸਾਰੇ ਸਵਾਲ ਉੱਠਦੇ ਹੁੰਦੇ ਸੀ, ਬਹੁਤ ਚੰਗਾ ਨਹੀਂ ਸੀ ਮੰਨਿਆ ਜਾਂਦਾ ਇਸ ਕਿੱਤੇ ਨੂੰ, ਤੁਹਾਨੂੰ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਜਾਂ ਤੁਸੀਂ ਇਸ ਕਿੱਤੇ ਦੇ ਵਿੱਚ ਆਏ ਤਾਂ ਕੀ ਕੀ ਮੁਸ਼ਕਲਾਂ ਸਾਹਮਣੇ ਆਈਆਂ? ਏਦਾਂ ਸੀ ਜੀ ਹਰਮਨ ਜੀ, ਮੈਨੂੰ ਵੀ ਬਹੁਤ ਮੁਸ਼ਕਲਾਂ ਦਾ ਸਾਹਮਣਾ ਤਾਂ ਕਰਨਾ ਪਿਆ ਹੈ ਨਾ ਜੀ, ਤੇ ਉਹ ਟਾਈਮ ਦੇ ਵਿੱਚ ਕੋਈ ਵੀ ਮਤਲਬ ਕਿ ਇਹ ਮੈਂ ਆਪਣੇ ਆਪ ਨੂੰ ਲੱਕੀ ਵੈਸੇ ਸਮਝਦੀ ਹਾਂ ਕਿ ਮੇਰੇ ਜਿਹੜੇ ਪੇਰੈਂਟਸ ਸੀ ਨਾ
ਮੰਮੀ ਡੈਡੀ ਜੀ ਮੇਰੇ ਵੱਡੇ ਬ੍ਰਦਰ ਸੀਗੇ ਮੇਰੇ ਕਮਲਜੀਤ ਸਿੰਘ ਜੀ ਉਹਨਾਂ ਨੇ ਮੇਰੀ ਸਪੋਰਟ ਬਹੁਤ ਕੀਤੀ ਲੇਕਿਨ ਦੋ ਬ੍ਰਦਰ ਸੀ ਜਿਹੜੇ ਮੇਰੇ ਬਿਲਕੁਲ ਐਗਰੀ ਨਹੀਂ ਸੀ ਉਹਨਾਂ ਦੇ ਨਾਲ ਮੈਨੂੰ ਬਹੁਤ ਹੀ ਜੱਦੋ ਜਹਿਦ ਕਰਨੀ ਪਈ ਇਸ ਲਾਈਨ ਦੇ ਵਿੱਚ ਆਉਣ ਵਾਸਤੇ ਕਿਉਂਕਿ ਉਹ ਐਗਰੀ ਨਹੀਂ ਸੀਗੇ ਕਿ ਮੈਂ ਇਸ ਲਾਈਨ ਦੇ ਵਿੱਚ ਆਵਾਂ ਜੀ ਤੇ ਮੰਮੀ ਡੈਡੀ ਨੇ ਮੇਰਾ ਬਹੁਤ ਸਾਥ ਦਿੱਤਾ ਵੱਡੇ ਬ੍ਰਦਰ ਨੇ ਮੇਰਾ ਬਹੁਤ ਸਾਥ ਦਿੱਤਾ ਜਿਨ੍ਹਾਂ ਦੀ ਬਦੌਲਤ ਸੱਚੀ ਅੱਜ ਮੈਂ ਸੁਦੇਸ਼ ਕੁਮਾਰੀ ਬਣੀ ਐਸੀ ਹੁਣ ਤੱਕ ਕੁੱਲ ਕਿੰਨੇ ਗੀਤ ਤੁਹਾਡੇ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਆ ਚੁੱਕੇ ਨੇ ਇਹ ਮਾਰਕੀਟ ਦੇ ਵਿੱਚ ਹਰਮਨ ਜੀ ਮੈਂ ਕੁੱਲ ਗਾਣੇ ਮਤਲਬ ਕਿ ਜਿੱਥੋਂ ਤੱਕ ਐਸਟੀਮੇਟ ਆ ਮੇਰਾ ਆਪਣਾ ਆਈਡੀਆ ਵੀ ਮੈਂ 8000 ਗਾਣਾ ਗਾ ਚੁੱਕੀ ਹਾਂ 8000 ਗੀਤ 8000 ਗੀਤ ਗਾ ਚੁੱਕੀ ਹਾਂ ਕੁਛ ਆ ਗਏ ਆ ਕੁਛ ਮਤਲਬ ਕਿ ਰਿਕਾਰਡ ਕੀਤੇ ਹੋਏ ਆ ਜਿਹੜੇ ਹਜੇ ਬੜੇ ਪ੍ਰੋਜੈਕਟ ਕੀਤੇ ਆ ਮੈਂ ਮਤਲਬ ਕਿ ਡੇ ਨਾਈਟ ਮਤਲਬ ਕਿ ਏਦਾਂ ਮੇਰੀ ਡਬਿੰਗ ਹੁੰਦੀ ਸੀਗੀ ਤੇ ਮੇਰੇ ਨਾ ਕਾਫੀ ਪ੍ਰੋਜੈਕਟ ਨਹੀਂ ਹਜੇ ਮਾਰਕੀਟ ਦੇ ਵਿੱਚ ਆਏ ਕਿਉਂਕਿ ਕੁੱਲ ਮਿਲਾ ਕੇ ਐਸਟੀ ਵਿੱਚ 8000 ਤੱਕ ਤਾਂ ਹੈ ਹੀ ਆ ਅੱਛਾ ਜੀ ਤੇ ਭੈਣ ਜੀ ਇਹਨਾਂ ਗੀਤਾਂ ਦੇ ਵਿੱਚੋਂ ਕੋਈ ਐਸਾ ਗੀਤ ਜਿਹੜਾ ਤੁਹਾਡੇ ਦਿਲ ਤੇ ਸਭ ਤੋਂ ਵੱਧ ਨੇੜੇ ਹੋਏ ਵੈਸੇ ਤਾਂ ਇੱਕ ਮਾਂ ਦੇ ਲਈ ਆਪਣੇ ਬੱਚਿਆਂ ਦੇ ਵਿੱਚੋਂ ਇੱਕ ਬੱਚਾ ਚੁਣਨਾ ਬਹੁਤ ਔਖਾ ਹੁੰਦਾ ਜਦੋਂ ਸਾਰੇ ਗੀਤਾਂ ਦੇ ਉੱਪਰ ਬਰਾਬਰ ਮਿਹਨਤ ਹੁੰਦੀ ਹੈ ਬਰਾਬਰ ਰਿਆਜ਼ ਕਰਕੇ ਤੁਸੀਂ ਉਹਨਾਂ ਗੀਤਾਂ ਨੂੰ ਗਾਉਂਦੇ ਹੋ ਬਰਾਬਰ ਪਿਆਰ ਹੁੰਦਾ ਉਹਨਾਂ ਗੀਤਾਂ ਦੇ ਨਾਲ ਉਹਨਾਂ ਦੇ ਵਿੱਚੋਂ ਇੱਕ ਚੁਣਨਾ ਤਾਂ ਬਹੁਤ ਔਖਾ ਹੁੰਦਾ ਪਰ ਫਿਰ ਵੀ ਬੰਦੇ ਦੇ ਦਿਮਾਗ ਦੇ ਵਿੱਚ ਇਹ ਹੁੰਦਾ ਨਾ ਵੀ ਆਹ ਗੀਤ ਜਿਹੜਾ ਮੈਂ ਗਾਤਾ ਇਸ ਤੋਂ ਉੱਪਰ ਦਾ ਜਾਂ ਇਸ ਤੋਂ ਵਧੀਆ ਗੀਤ ਮੇਰੇ ਤੋਂ ਗਾਹ ਨਹੀਂ ਹੋਇਆ ਜਾਂ ਮੈਂ ਗਾਉਣਾ ਚਾਹੁੰਦੀ ਹਾਂ ਕੋਈ ਐਸਾ ਗੀਤ ਗਾਣੇ ਤਾਂ ਏਦਾਂ ਸੀ ਵੀ ਹਜੇ ਵੈਸੇ ਤਾਂ ਗਾਣਾ ਤਾਂ ਮੇਰਾ ਜਿੰਨੇ ਵੀ ਮੈਂ ਹਰਮਨ ਜੀ ਗਾਇਆ ਸਾਰੇ ਹੀ ਮਤਲਬ ਕਿ ਵਧੀਆ ਹੀ ਗਾਣੇ ਸੀਗੇ ਮੇਰੇ ਬਿਲਕੁਲ ਪਰ ਇੱਕ ਗਾਣਾ ਮੈਂ ਤੁਹਾਨੂੰ ਅਕਸਰ ਮੇਰੀ ਕਿਤੇ ਵੀ ਕੋਈ ਵੀ ਇੰਟਰਵਿਊ ਹੁੰਦੀ ਹੈ ਨਾ ਮੈਂ ਇਸ ਗਾਣੇ ਨੂੰ ਤਰਜੀਹ ਦਿੰਦੀ ਹਾਂ ਕਿ ਜਿਸ ਗਾਣੇ ਨੇ ਮੇਰੀ ਪਹਿਚਾਣ ਬਣਾਈ ਜੀ ਮੇਰਾ ਉਹ ਗਾਣਾ ਸੀਗਾ ਵੇਸ਼ ਉਦਾਈਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ ਬਿਲਕੁਲ ਬਿਲਕੁਲ ਅੱਜ ਵੀ ਬਿਲਕੁਲ ਨਵਾਂ ਨਕੋਰ ਹੈ ਭੈਣ ਜੀ ਸੋ ਸੋਨੀਆ ਵੀ ਪਹਿਲਾਂ ਇਸ ਗੀਤ ਦੇ ਹੀ ਦੋ ਬੋਲ ਸਾਂਝੇ ਹੋ ਜਾਣ ਤੇ ਫਿਰ ਆਪਾਂ ਇਸ ਗੀਤ ਦੇ ਬਾਬਤ ਵੀ ਗੱਲ ਕਰਦੇ ਹਾਂ ਜੀ ਜੀ ਲੋ ਜੀ ਬੇਸ਼ੁਦਾਇਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ ਨੀ ਮੇਰੀ ਇਹ ਜਾਨੇ ਤੇਰਿਆਂ ਦੁੱਖਾਂ ਨੇ ਮੈਨੂੰ ਖਾ ਲਿਆ ਬਚਪਨ ਵਾਲਾ ਪਿਆਰ ਸੋਹਣੀਏ ਟੁੱਟਿਆ ਵਿੱਚ ਜਵਾਨੀ ਦੇ ਕਿਸਮਤ ਮਣਕੇ ਮਣਕੇ ਕਰ ਗਈ ਸਾਡੀ ਪਿਆਰ ਨਿਸ਼ਾਨੀ ਦੇ ਹਾਏ ਕਿਸਮਤ ਮਣਕੇ ਮਣਕੇ ਕਰ ਗਈ ਸਾਡੀ ਪਿਆਰ ਨਿਸ਼ਾਨੀ ਦੇ ਹੱਸੇ ਮੁੱਕ ਗਏ ਵੇ ਅਣਮੁੱਲੇ ਚੱਖੜ ਪਿਆਰ ਸਾਡੇ ਤੇ ਚੁੱਲੇ ਤੂੰ ਕੀ ਜਾਣੇ ਕਿਵੇਂ ਮਨ ਸਮਝਾ ਲਿਆ ਬੇਸ਼ੁਦਾਇਆ ਮੇਰੇ ਪਿੱਛੋਂ ਹਾਲ ਕੀ ਬਣਾ ਲਿਆ ਕਿਆ ਬਾਤ ਹੈ ਭੈਣ ਜੀ ਕਿਆ ਬਾਤ ਹੈ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਜੀ ਬਿਲਕੁਲ ਨਵਾਂ ਗੀਤ ਹੈ ਇਹ ਸੋ ਇਹ ਗੀਤ ਬਹੁਤ ਮਸ਼ਹੂਰ ਹੋਇਆ ਬਹੁਤ ਮਕਬੂਲ ਹੋਇਆ ਮੈਨੂੰ ਲੱਗਦਾ ਕੋਈ ਪੰਜਾਬੀ ਐਸਾ ਹੋਏਗਾ ਜਿਹਨੇ ਇਹ ਗੀਤ ਨਾ ਸੁਣਿਆ ਹੋਏ ਨਹੀਂ ਤਾਂ ਹਰੇਕ ਪੰਜਾਬੀ ਨੇ ਇਸ ਗੀਤ ਨੂੰ ਖੂਬ ਸੁਣਿਆ ਸੋ ਇਹ ਗੀਤ ਗਾਉਣ ਦਾ ਸਬੱਬ ਕਿਵੇਂ ਬਣਿਆ ਸੀ ਇਹ ਗੀਤ ਗਾਉਣ ਦਾ ਸਬੱਬ ਬਣਿਆ ਮੇਰਾ ਏਦਾਂ ਕਿ ਮੈਂ ਨਾ ਇੱਕ ਰਿਕਾਰਡਿੰਗ ਸੀ ਮੇਰੀ ਇੱਥੇ ਆਪਣਾ ਸਾਡੇ ਜਲੰਧਰ ਦੇ ਵਿੱਚ ਮਿੱਠਾਪੁਰ ਜੀ ਮਿੱਠਾਪੁਰ ਸਟੂਡੀਓ ਰੰਧਾਵਾ ਸਟੂਡੀਓ ਸੀ ਉੱਥੇ ਇੱਕ ਗਾਣਾ ਮੈਨੂੰ ਨਾ ਫਿਲਮ ਦੀ ਆਫਰ ਆਈ ਸੀ ਇੱਕ ਗਾਣੇ ਦੀ ਜੀ ਸਭ ਤੋਂ ਸਟਾਰਟਿੰਗ ਦੇ ਵਿੱਚ ਫਿਰ ਮੈਨੂੰ ਕਹਿੰਦੇ ਵੀ ਭੈਣ ਜੀ ਗਾਣਾ ਕਰ ਲੈ ਜਿਸ ਦਿਨ ਇਹ ਰਿਕਾਰਡ ਹੋਇਆ ਤੇ ਉਹ ਗਾਣਾ ਮੈਂ ਫਿਲਮ ਦਾ ਕਰ ਰਹੀ ਹਾਂ ਤੇ ਮਤਲਬ ਕਿ ਉੱਥੇ ਜਿਹੜੇ ਮੇਰੇ ਵੀਰ ਆਏ ਹੋਏ ਸੀ ਮੇਰੇ ਕੋਲ ਗਾਣਾ ਕਰਾਉਣ ਵਾਸਤੇ ਫਿਲਮ ਦੇ ਪ੍ਰੋਡਿਊਸਰ ਔਰ ਮਿਊਜ਼ਿਕ ਡਾਇਰੈਕਟਰ ਸੀਗੇ ਜੀ ਸੋ ਮੈਂ ਉਹਨਾਂ ਦਾ ਨਾਮ ਨਹੀਂ ਲੈਣਾ ਚਾਹੁੰਦੀ ਕਿਉਂਕਿ ਉਹ ਗਾਣਾ ਜਦੋਂ ਮੈਂ ਡੱਬ ਕਰ ਰਹੀ ਸੀ ਨਾ ਸੇਮ ਮੇਰਾ ਇਸ ਗਾਣੇ ਦਾ ਜੋ ਜਿਸ ਸਕੇਲ ਤੇ ਮੈਂ ਗਾਇਆ ਸੀ ਉਹੀ ਸਕੇਲ ਉਹਦਾ ਸੀਗਾ ਅੱਛਾ ਜੀ
ਤੇ ਉਹ ਗਾਣਾ ਮੈਂ ਹਰਮਨ ਜੀ ਜਦੋਂ ਗਾ ਰਹੀ ਸੀ ਸਟੂਡੀਓ ਦੇ ਵਿੱਚ ਤੇ ਉਹ ਮੈਨੂੰ ਇੱਦਾਂ ਹੀ ਕਹਿ ਰਹੇ ਸੀਗੇ ਵੀ 3 ਘੰਟੇ ਮੈਂ ਲਗਾਤਾਰ ਗਾਇਆ ਉਹ ਗਾਣਾ 3 ਘੰਟੇ ਲਗਾਤਾਰ ਗਾਉਂਦੀ ਰਹੀ। ਫਿਰ ਉਹਨਾਂ ਨੇ ਨਿਹਾਰ ਕੇ ਮੈਨੂੰ ਜਦੋਂ ਕਹਿੰਦੇ ਵੀ ਭੈਣ ਜੀ ਬਾਹਰ ਆ ਜਾਓ ਤੁਸੀਂ ਜੀ, ਗੱਲ ਨੀ ਬਣ ਰਹੀ ਹੈਗੀ ਆ, ਟੋਨ ਨੀ ਤੁਹਾਡੀ ਸਹੀ ਆ ਰਹੀ ਆ। ਅੱਛਾ ਜੀ। ਮੈਨੂੰ ਕਹਿੰਦੇ ਤੁਹਾਡੀ ਟੋਨ ਨੀ ਆ ਰਹੀ ਆ ਤੇ ਵੀ ਤੁਸੀਂ ਨਾ ਸਟੋਪ ਕਰ ਦਿਓ ਗਾਣਾ, ਗੱਲ ਨੀ ਬਣ ਤੁਹਾਡੇ ਕੋਲ। ਤੇ ਮੈਨੂੰ ਹਰਮਨ ਜੀ ਉਹਨਾਂ ਨੇ ਜਦੋਂ 2500 ਰੁਪਇਆ ਮੈਨੂੰ ਕਹਿੰਦੇ ਤੁਸੀਂ ਆ ਭੈਣ ਜੀ ਲਓ ਤੇ ਆਪਾਂ ਸੋਰੀ ਆ, ਮਤਲਬ ਕਿ ਮੈਨੂੰ ਕਹਿੰਦੇ ਜੀ ਕਮਾਲ ਹੋ ਗਈ। ਮੈਂ ਕਿਹਾ ਮੈਂ ਇੰਨੇ ਟਾਈਮ ਤੋਂ ਮੈਂ ਗਾਈ ਜਾ ਰਹੀ ਹਾਂ, ਉਹੀ ਸਕੇਲ ਮੇਰਾ ਅੱਛੀ, ਮੇਰੀ ਟੋਨ ਆ ਰਹੀ ਆ, ਮੈਂ ਗਾ ਰਹੀ ਹਾਂ, ਮੈਨੂੰ ਇੰਨਾ ਮਜ਼ਾ ਆ ਰਿਹਾ ਗਾਉਣ ਦੇ ਵਿੱਚ ਤੇ ਬੰਦੇ ਕਹਿ ਰਹੇ ਆ ਵੀ ਤੁਹਾਡੀ ਟੋਨ ਨੀ ਆ ਰਹੀ ਜੀ, ਪਰ ਇੰਨੇ ਅੱਛਾ ਮੈਂ ਗਾ ਰਹੀ ਹਾਂ ਗਾਣਾ। ਜਦੋਂ ਉਹਨਾਂ ਨੇ ਮੈਨੂੰ ਹਨਾ ਇਹ ਕਿਹਾ ਵੀ ਨਹੀਂ ਗੱਲ ਬਣਦੀ ਤਾਂ ਮੈਂ ਉਹਨਾਂ ਨੂੰ ਕਿਹਾ ਵੀ ਅੱਛਾ ਜੀ ਚਲੋ ਠੀਕ ਹੈ ਜੀ ਕੋਈ ਗੱਲ ਨੀ, ਪਰ ਬੜਾ ਮਨ ਦੁਖੀ ਬਹੁਤ ਹੋਇਆ ਮੇਰਾ ਜੀ, ਬੜਾ ਮਨ ਦੁਖੀ ਹੋਇਆ। ਮੈਂ ਕਿਹਾ ਚਲੋ ਨਹੀਂ ਗੱਲ ਬਣੀ ਤਾਂ ਅਸੀਂ ਫਿਰ, ਮੇਰੇ ਹਸਬੈਂਡ ਮੇਰੇ ਨਾਲ ਹੀ ਸੀਗੇ, ਅਸੀਂ ਫਿਰ ਬਾਹਰ ਮਤਲਬ ਕਿ ਸਟੂਡੀਓ ਚ ਨਿਕਲੇ ਆ ਤੇ ਮੈਨੂੰ ਫਿਰ ਇੰਨੀ ਦੇਰ ਨੂੰ ਮੈਨੂੰ ਫਿਰ ਲੁਧਿਆਣੇ ਤੋਂ ਇੰਦਰ ਲੋਕ ਸਟੂਡੀਓ ਦੇ ਵਿੱਚੋਂ ਮੈਨੂੰ ਫੋਨ ਆਇਆ ਜੀ, ਸੁਖਪਾਲ ਸਿੰਘ ਜੀ ਦਾ, ਮਿਊਜ਼ਿਕ ਡਾਇਰੈਕਟਰ ਜਿਹੜੇ ਸੀ ਚੰਡੀਗੜ੍ਹ ਜੀ, ਉਹਨਾਂ ਦਾ ਮੈਨੂੰ ਫੋਨ ਆ ਗਿਆ। ਤਾਂ ਉੱਥੇ ਹੀ ਫਾਈਨ ਟੋਨ ਦੇ ਮਾਲਕ ਸੀਗੇ ਆਪਣਾ ਕੰਪਨੀ ਦੇ ਰਜਿੰਦਰ ਸਿੰਘ ਜੀ, ਹਾਂਜੀ, ਤੇ ਬਲਵੀਰ ਬੋਪਾ ਰਾਏ ਵੀ ਉੱਥੇ ਸੀਗਾ, ਅਸ਼ੋਕ ਬੰਸਲ ਜੀ ਮਾਨਸਾ ਤੋਂ ਉਹ ਵੀ ਉੱਥੇ ਸੀਗੇ ਜੀ, ਤੇ ਆਪਣੇ ਸਾਰੇ ਉੱਥੇ ਸੀ। ਤੇ ਇਹਨਾਂ ਨੇ ਮੈਨੂੰ ਫੋਨ ਕੀਤਾ ਕਹਿੰਦੇ ਸੁਦੇਸ਼ ਜੀ, ਜਿੱਥੇ ਮੇਰੇ ਹਸਬੈਂਡ ਨੂੰ ਕਹਿੰਦਾ ਇਹਨਾਂ ਨੇ ਕੀਤਾ ਫੋਨ ਵੀ ਜਿੱਥੇ ਵੀ ਹੋ ਤੁਸੀਂ ਵੀ ਸੁਦੇਸ਼ ਜੀ ਨੂੰ ਨਾਲ ਲੈ ਕੇ ਭਾਜੀ ਪਹੁੰਚੋ ਤੁਸੀਂ ਲੁਧਿਆਣੇ ਇੰਦਰਲੋਕ ਸਟੂਡੀਓ। ਤੇ ਅਸੀਂ ਉਵੇਂ ਹੀ ਉਸ ਸਟੂਡੀਓ ਚੋਂ ਹਰਮਨ ਜੀ ਨਿਕਲੇ ਆ, ਚੱਪਲਾਂ ਪਾਈਆਂ ਪੈਰਾਂ ਚ, ਤਾਂ ਅਸੀਂ ਉਵੇਂ ਹੀ ਨਿਕਲੇ ਤਾਂ ਅਸੀਂ ਬੱਸ ਫੜੀ ਸਿੱਧਾ ਲੁਧਿਆਣੇ ਚਲੇ ਗਏ ਜੀ। ਲੁਧਿਆਣੇ ਪਹੁੰਚ ਕੇ ਇੰਦਰਲੋਕ ਸਟੂਡੀਓ ਦੇ ਵਿੱਚ ਤੇ ਬਲਵੀਰ ਬੋਪਾ ਰਾਏ ਇਸ ਗਾਣੇ ਨੂੰ ਇੱਕ ਇੱਕ ਲਾਈਨ ਨੂੰ ਲਿਖ ਰਿਹਾ ਆ। ਅੱਛਾ ਜੀ। ਹਾਂਜੀ, ਇੱਕ ਇੱਕ ਲਾਈਨ ਲਿਖ ਰਿਹਾ ਆ, ਤਾਂ ਮੈਂ ਉਹ ਗਾਣਾ ਜੀ ਡਬ ਕਰ ਰਹੀ ਹਾਂ, ਉਹੀ ਸੇਮ ਸਕੇਲ ਮੇਰਾ, ਸੇਮ ਸਕੇਲ ਤੋਂ ਜਿਸ ਤਰ੍ਹਾਂ ਮੈਂ ਇੱਥੇ ਜਿਹੜਾ ਸਕੇਲ ਤੋਂ ਗਾ ਰਹੀ ਸੀ ਉਹੀ ਸੇਮ ਸਕੇਲ ਉੱਥੇ ਸੀਗਾ। ਤੇ ਬੜੀ ਸੋਹਣੀ ਟੋਨ, ਇੰਨੀ ਵਧੀਆ ਆਵੇ ਕਿ ਮਤਲਬ ਕਿ ਉਹ ਮਤਲਬ ਕਿ ਇੰਨਾ ਖੁਸ਼ ਹੋਏ ਨਾ ਸਾਰੇ ਜਾਣੇ, ਸੁਖਪਾਲ ਜੀ ਵੀ ਇੰਨਾ ਮਤਲਬ ਕਿ ਉਹ ਤਾਂ ਡਾਂਸ ਹੀ ਕਰਨ ਲੱਗ ਪਏ, ਕਹਿੰਦੇ ਵੀ ਕਿਆ ਬਾਤ ਉਸ ਤੇ। ਹਾਂਜੀ, ਤੇ ਆਪਣਾ ਇਹ ਦੇਖੋ ਤੁਸੀਂ ਭਾਜੀ ਰਜਿੰਦਰ ਸਿੰਘ ਜੀ ਵੀ, ਆਪਣਾ ਫਿਰ ਅਸ਼ੋਕ ਬੰਸਲ ਜੀ ਬੜਾ ਮਤਲਬ ਕਿ ਖੁਸ਼ ਸੀਗੇ ਵੀ ਇੰਨਾ ਅੱਛਾ ਗਾਣਾ ਮਤਲਬ ਕਿ ਹੁੱਕ ਲਾ ਰਹੀ ਆ, ਇੰਨਾ ਵਧੀਆ ਗਾਣਾ ਹੋ ਰਿਹਾ ਆ। ਤੇ ਜਦੋਂ ਗਾਣਾ ਮੈਂ ਓਕੇ ਮੇਰਾ ਹੋ ਗਿਆ ਨਾ, ਜਦੋਂ ਮੈਂ ਬਾਹਰ ਆਈ ਤਾਂ ਇਹ ਦੇਖ ਲਓ ਤੁਸੀਂ, ਮੈਨੂੰ ਉਹਨਾਂ ਨੇ ਮੇਰਾ ਬੜਾ ਮਾਨ ਸਨਮਾਨ ਕੀਤਾ, ਮੈਂ ਜਿੰਨਾ ਵੀ ਸਮਾਂ ਉਨਾ ਹੀ ਛੋੜਿਆ ਜੀ ਬਿਲਕੁਲ। ਤੇ ਮੈਨੂੰ ਉਹਨਾਂ ਪਤਾ ਨੀ 21,000-31,000 ਰੁਪਇਆ ਮੈਨੂੰ ਮਤਲਬ ਕਿ ਆਪਣਾ ਰਜਿੰਦਰ ਸਿੰਘ ਭਾਜੀ ਸੀਗੇ ਆਪਣਾ, ਉਹਨਾਂ ਨੇ ਮੈਨੂੰ ਦਿੱਤਾ। ਵਾਹ ਕਿਆ ਬਾਤ ਹੈ। ਹਾਂ ਕਹਿੰਦੇ ਭੈਣ ਜੀ ਕਿਆ ਬਾਤ ਆ, ਬਹੁਤ ਅੱਛਾ ਤੁਸੀਂ ਕਹਿੰਦੇ ਗਾਣੇ ਨਾਲ ਨਿਭਾ ਕੀਤਾ, ਬਹੁਤ ਸੋਹਣਾ ਤੁਸੀਂ ਗਾਇਆ। ਇੱਕ ਵੇਲਾ ਐਸਾ ਸੀ ਜਦੋਂ ਜਦੋਂ ਵੀ ਦੋ ਗਾਣੇ ਦੀ ਗੱਲ ਆਉਂਦੀ ਸੀ ਤੇ ਹਰੇਕ ਦੇ ਜ਼ਹਿਨ ਦੇ ਵਿੱਚ ਸਿਰਫ ਤੇ ਸਿਰਫ ਸੁਦੇਸ਼ ਕੁਮਾਰੀ ਦਾ ਹੀ ਖਿਆਲ ਆਉਂਦਾ ਸੀ, ਹਰ ਪਾਸੇ ਸੁਦੇਸ਼ ਕੁਮਾਰੀ ਹੋਈ ਪਈ ਸੀ, ਪੂਰੀ ਟੀਚੀ ਦੇ ਉੱਪਰ ਸੀ ਤੁਹਾਡਾ ਵੀ ਜਿਹੜਾ ਕਰੀਅਰ ਆ ਉਹ, ਪਰ ਇੱਕਦਮ ਤੁਸੀਂ ਵਿੱਚੋਂ ਗਾਇਬ ਹੋ ਗਏ, ਇੱਕਦਮ ਸੁਦੇਸ਼ ਕੁਮਾਰੀ ਗਾਇਬ ਹੋ ਗਈ। ਉਹ ਕੀ ਵਜ੍ਹਾ ਬਣ ਗਈ ਸੀ ਵੀ ਤੁਸੀਂ ਇਹਨਾਂ ਗੀਤਾਂ ਤੋਂ, ਇਸ ਕਹਿ ਲਓ ਵੀ ਇਹ ਲੋਕਾਂ ਦੇ ਵਿੱਚੋਂ ਇੱਕਦਮ ਗਾਇਬ ਕਿਉਂ ਹੋ ਗਏ ਸੀ? ਮੈਂ ਏਦਾਂ ਸੀ ਵੀ ਗਾਇਬ ਤਾਂ ਖੈਰ ਮੈਂ ਨਹੀਂ ਕਹਿ ਸਕਦੀ ਹਰਮਨ ਜੀ ਮੈਂ ਗਾਇਬ ਹੋ ਗਈ ਸੀ ਜੀ, ਲੇਕਿਨ ਏਦਾਂ ਸੀ ਵੀ ਮਤਲਬ ਕਿ ਗਾਣਿਆਂ ਦਾ ਦੌਰ ਆਇਆ, ਫਿਰ ਏਦਾਂ ਹੁੰਦਾ ਵੀ ਜਿਸ ਤਰ੍ਹਾਂ ਚਲੋ ਪਰਮਾਤਮਾ, ਮੇਰੀ ਤਾਂ ਸੋਚ ਇਹੀ ਹੁੰਦੀ ਆ ਪਰਮਾਤਮਾ ਨੇ ਜੋ ਇਸ ਲਾਈਨ ਦੇ ਵਿੱਚ ਸਟਰਗਲ ਕਰ ਰਿਹਾ, ਕੋਈ ਮਿਹਨਤ ਕਰ ਰਿਹਾ, ਮਾਲਕ ਨੇ ਸਭ ਨੂੰ ਜੋ ਜੋ ਜਿਹਦੇ ਜਿਹਦੇ ਹਿੱਸੇ ਜੋ ਆਉਂਦਾ ਆ ਉਹਨੂੰ ਉਹ ਟਾਈਮ ਜਿਹਦੇ ਤੇ ਆਉਣਾ ਉਹ ਉਹਨੂੰ ਦੇਣਾ ਹੀ ਦੇਣਾ ਆ ਬਿਲਕੁਲ। ਤੇ ਜੇ ਹੁਣ ਮੈਂ ਕਹਾਂ ਵੀ ਮੈਂ ਹੀ ਇੰਨੇ ਸਾਲਾਂ ਤੋਂ ਗਾ ਰਹੀ ਹਾਂ ਤਾਂ ਮੇਰਾ ਹੀ ਟਾਈਮ ਰਹਿਣਾ ਚਾਹੀਦਾ ਆ, ਇਹ ਵੀ ਨੀ ਆਪਾਂ ਕਹਿ ਸਕਦੇ ਜੀ, ਹਨਾ। ਤੇ ਬਾਕੀ ਗਾਇਬ ਏਦਾਂ ਸੀ ਵੀ ਗਾਣੇ ਮੇਰੇ ਕੋਲ ਆਉਂਦੇ ਰਹੇ ਆ ਉਸ ਟਾਈਮ ਦੇ ਵਿੱਚ ਵੀ, ਗਾਣੇ ਮੇਰੇ ਕੋਲ ਇਹ ਸੀ ਵੀ ਪਹਿਲਾਂ ਵਾਂਗੂ ਚਲੋ ਮੈਂ ਨਹੀਂ ਸੀ ਜ਼ਿਆਦਾ ਮਤਲਬ ਜਿੱਦਾਂ ਪਹਿਲਾਂ ਮੈਂ 1 ਡੇ ਰਿਕਾਰਡਿੰਗਾਂ ਕਰਦੀ ਸੀ ਉਹਨਾਂ ਤਾਂ ਨਹੀਂ ਸੀ ਦੌਰ, ਪਰ ਇਹ ਸੀ ਵੀ ਜਿੱਦਾਂ 2 ਗੀਤ ਆ ਗਏ ਕਿਸੇ ਦੇ, 4 ਗੀਤ ਆ ਗਏ, ਪਰ ਮੇਰਾ ਸਟੋਪ ਨਹੀਂ ਸੀ ਹੋਇਆ ਕੰਮ, ਗਾਣੇ ਮੇਰੇ ਆਉਂਦੇ ਹੀ ਰਹੇ ਆ, ਪਰ ਗਾਇਬ ਨਹੀਂ ਮੈਂ ਹੋਈ। ਮੈਂ ਲਗਾਤਾਰ ਬੰਜੀ ਮੈਂ ਆਪਣੇ ਸੋਲੋ ਗੀਤ ਵੀ ਵਿੱਚ ਕੀਤੇ ਹੈਗੇ ਆ ਜੀ ਬਿਲਕੁਲ। ਹਾਂਜੀ, ਜੇ ਗਾਇਕੀ ਦੇ ਖੇਤਰ ਦੀ ਆਪਾਂ ਜਿਵੇਂ ਗੱਲ ਕਰ ਹੀ ਰਹੇ ਹਾਂ
इस खेत्र दे विच खास तौर पर पंजाबी गायकी के खेत्र दे विच कुड़ियां बहुत घट ने या जिहड़ियां आउंदियां भी ने बहुत घट कुड़ियां ने जिहड़ियां पछाण बना पाउंदियां ने जिहड़ियां टिक पाउंदियां ने। यह की वजह है कुड़ियां इस खेत्र दे विच ज्यादा मल्ला क्यों नहीं मार पा रही? सिर्फ गिणवे चुणवे नां ने जिहड़े आपां उंगलां ते गिण सकदे आ जिहड़ियां इस वेले गायकी दे विच विच रहियां ने। तुसीं की मानदे हो की कारण है भी कुड़ियां ज्यादा अगे क्यों नहीं आ रहियां? ਇਹਦਾ ਕਾਰਨ ਹਰਮਨ ਜੀ ਮੈਂ ਇਹੀ ਕਹੂੰਗੀ ਕਿ ਜਿਹੜੇ ਮਤਲਬ ਕਿ ਕੁੜੀਆਂ ਕਈ ਤਾਂ ਇੰਨੀਆਂ ਟੈਲੈਂਟਡ ਆ, ਇੰਨੇ ਬੱਚੇ ਟੈਲੈਂਟਡ ਆ ਮੁੰਡੇ ਕੁੜੀਆਂ ਜੀ, ਕਿ ਕਈਆਂ ਦੀ ਘਰੇਲੂ ਮਤਲਬ ਕਿ ਹਾਲਾਤ ਉਹਨਾਂ ਦੇ ਸਹੀ ਨਹੀਂ ਆ, ਹਨਾ, ਪੇਰੈਂਟਸ ਅਫੋਰਡ ਨਹੀਂ ਕਰ ਸਕਦੇ, ਉਹਨਾਂ ਦੀ ਮਤਲਬ ਕਿ ਸਪੋਰਟ ਨਹੀਂ ਕਰ ਸਕਦੇ। ਕਈ ਪੇਰੈਂਟਸ ਚਾਹੁੰਦੇ ਵੀ ਨਹੀਂ ਹੈਗੇ ਕਿ ਬੱਚੇ ਸਾਡੇ ਇਸ ਲਾਈਨ ਦੇ ਵਿੱਚ ਆਉਣ। ਕਈ ਪੇਰੈਂਟਸ ਦੀ ਗੱਲ ਕਰਦੀ, ਸਾਰੇ ਨਹੀਂ ਕਹਿੰਦੀ ਮੈਂ, ਕਈ ਪੇਰੈਂਟਸ ਇੱਦਾਂ ਲੜਕੀਆਂ ਦੇ ਪੇਰੈਂਟਸ ਵੀ ਹੈਗੇ, ਉਹ ਨਹੀਂ ਚਾਹੁੰਦੇ ਕਿ ਸਾਡੀਆਂ ਕੁੜੀਆਂ ਇਸ ਲਾਈਨ ਦੇ ਵਿੱਚ ਆਉਣ। ਕੁੜੀਆਂ 'ਚ ਟੈਲੈਂਟ ਬਹੁਤ ਜ਼ਿਆਦਾ ਆ ਤੇ ਬਾਕੀ ਕੁਛ ਉਹ ਅੱਜ ਕੱਲ੍ਹ ਦੇ ਮਾਹੌਲ ਨੂੰ ਲੈ ਕੇ, ਹਾਲਾਤ ਨੂੰ ਲੈ ਕੇ ਜਿਸ ਤਰ੍ਹਾਂ ਪਹਿਲੀ ਸੋਚ ਹੁੰਦੀ ਸੀਗੀ, ਪਰ ਹੁਣ ਤਾਂ ਸਮਾਂ ਬਹੁਤ ਚੇਂਜ ਹੋ ਗਿਆ ਆ। ਅੱਜ ਕੱਲ੍ਹ ਤਾਂ ਬੱਚੇ ਇੰਨੇ ਕੁ ਮਤਲਬ ਕਿ ਐਡਵਾਂਸ ਨੇ, ਇੰਨਾ ਉਹਨਾਂ ਨੂੰ ਸਾਰਾ ਲਾਈਫ ਦਾ ਪਤਾ ਆ ਉਹਨਾਂ ਨੂੰ, ਕੀ ਸਾਡੇ ਲਈ ਚੰਗਾ ਆ, ਕੀ ਸਾਡੇ ਲਈ ਮਾੜਾ ਆ, ਹਨਾ ਜੀ। ਤੇ ਹਾਂ, ਕੁੜੀਆਂ ਮਤਲਬ ਕਿ ਇਹ ਆ ਵੀ ਬਸ ਕੁਛ ਘਰੇਲੂ ਹਾਲਾਤ ਹੀ ਉਹਨਾਂ ਦੇ ਐਸੇ ਹੁੰਦੇ ਆ ਜਾਂ ਉਸ ਵਜ੍ਹਾ ਕਰਕੇ ਨੀ ਆਉਂਦੇ ਆਉਂਦੇ ਉਹ ਅੱਗੇ, ਹਨਾ, ਕੋਈ ਉਹਨਾਂ ਨੂੰ ਮੂਹਰੇ ਗਾਈਡਨੈਸ ਨੀ ਵਧੀਆ ਮਿਲਦੀ ਆ, ਇਸ ਕਰਕੇ ਵੀ ਹੋ ਸਕਦਾ ਆ। ਤੇ ਬਾਕੀ ਏਦਾਂ ਦੀ ਕੋਈ ਗੱਲ ਨੀ ਹੈਗੀ, ਬੱਚੇ ਹੁਣ ਕਾਫੀ ਵੈਸੇ ਆ, ਕੁੜੀਆਂ ਬਹੁਤ ਆਪਣੇ ਮਤਲਬ ਕਿ ਇਸ ਲਾਈਨ ਦੇ ਵਿੱਚ ਮਾਰਕੀਟ 'ਚ ਬਹੁਤ ਹੀ ਕੁੜੀਆਂ ਨੇ ਮਤਲਬ ਕਿ ਮੱਲਾਂ ਮਾਰੀਆਂ, ਬਹੁਤ ਵਧੀਆ ਕੰਮ ਕਰਦੀਆਂ ਕਈ ਕੁੜੀਆਂ ਜੀ, ਬਹੁਤ ਅੱਛਾ। ਵੈਸੇ ਤੁਸੀਂ ਇਹ ਮੰਨਦੇ ਹੋ ਭੈਣ ਜੀ ਕਿ ਕੋਈ ਇਹੋ ਜਿਹੀ ਕਮੇਟੀ ਜਾਂ ਕੋਈ ਇਸ ਤਰੀਕੇ ਨਾਲ ਇਸ ਖੇਤਰ ਦਾ ਗਾਇਕੀ ਸਨਅਤ ਦਾ ਪ੍ਰਚਾਰ ਪ੍ਰਸਾਰ ਵੀ ਹੋਣਾ ਚਾਹੀਦਾ ਜਿਹਦੇ ਨਾਲ ਕਿ ਜਿਹੜੇ ਆਮ ਲੋਕ ਨੇ ਜੋ ਉਹਨਾਂ ਦੇ ਜ਼ਹਿਨ ਦੇ ਵਿੱਚ ਇਸ ਖੇਤਰ ਨੂੰ ਲੈ ਕੇ ਸਵਾਲ ਨੇ ਜਾਂ ਗਲਤ ਫਹਿਮੀਆਂ ਨੇ ਕਿ ਗਾਇਕੀ ਦੇ ਖੇਤਰ 'ਚ ਤਾਂ ਐਂ ਵਿਚਰਨਾ ਪੈਂਦਾ, ਐਂ ਹੁੰਦਾ, ਉਹ ਹੁੰਦਾ, ਉਹ ਗਲਤ ਫਹਿਮੀਆਂ ਦੂਰ ਕੀਤੀਆਂ ਜਾਣ ਤਾਂ ਜੋ ਬੱਚੇ ਜਿਹੜੇ ਟੈਲੈਂਟਡ ਬੱਚੇ ਨੇ ਉਹ ਅੱਗੇ ਆ ਸਕਣ। ਬਿਲਕੁਲ ਬਿਲਕੁਲ ਨਹੀਂ, ਹੋਣਾ ਤਾਂ ਚਾਹੀਦਾ, ਇਸ ਤਰ੍ਹਾਂ ਕਮੇਟੀ ਕੋਈ ਬਣਨੀ ਚਾਹੀਦੀ ਹੈ, ਹਨਾ ਜੀ। ਤੇ ਇੱਦਾਂ ਬਣਨੀ ਚਾਹੀਦੀ, ਕਈ ਪੇਰੈਂਟਸ ਵਿਚਾਰੇ ਹੁਣ ਚਲੋ ਇੰਨੇ ਪੜ੍ਹੇ ਲਿਖੇ ਨਹੀਂ ਹੁੰਦੇ, ਉਹਨਾਂ ਨੂੰ ਨਹੀਂ ਪਤਾ ਹੁੰਦਾ ਜੀ, ਤੇ ਇਸ ਕਰਕੇ ਉਹਨਾਂ ਨੂੰ ਮਤਲਬ ਕਿ ਸਮਝਾਉਣ ਦਾ ਕਰਕੇ ਇਹੀ ਇੱਕ ਜ਼ਰੀਆ ਆ ਕਿ ਕਮੇਟੀ ਬਣੇ ਸਾਰੇ, ਮਤਲਬ ਕਿ ਉਹਨਾਂ ਨੂੰ ਏਦਾਂ ਉਹਨਾਂ ਨੂੰ ਸਮਝਾਇਆ ਜਾਵੇ ਵੀ ਏਦਾਂ ਇਸ ਲਾਈਨ ਦੇ ਵਿੱਚ ਏਦਾਂ ਦਾ ਕੁਛ ਨਹੀਂ ਆ, ਇਹ ਆ ਇਹ ਆਪਣੇ ਤੇ ਡਿਪੈਂਡ ਆ ਜੀ। ਕੋਈ ਵੀ ਲੜਕੀ ਆ ਜਾਂ ਲੜਕਾ ਆ, ਉਹਨਾਂ ਤੇ ਆਪਣੇ ਤੇ ਡਿਪੈਂਡ ਆ ਵੀ ਉਹ ਉਹਨਾਂ ਨੇ ਉਹ ਕਿਹੜੇ ਕਦਮ ਤੇ ਚੱਲ ਰਹੇ ਆ, ਉਹ ਕਿਸ ਤਰ੍ਹਾਂ ਚੱਲ ਰਹੇ ਆ, ਉਹ ਉਹਨਾਂ ਨੂੰ ਸਮਝ ਹੋਣੀ ਚਾਹੀਦੀ ਆ ਵੀ ਇਹ ਸਾਡੇ ਲਈ ਕੀ ਚੰਗਾ ਕੀ ਮਾੜਾ। ਬਿਲਕੁਲ ਬਿਲਕੁਲ, ਤੇ ਬਾਕੀ ਏਦਾਂ ਦੀ ਗੱਲ ਕੋਈ ਨੀ ਆ ਵੀ ਬੱਚੇ ਵੈਸੇ ਬਹੁਤ ਅੱਜ ਕੱਲ੍ਹ ਸਮਝਦਾਰ ਆ ਬਹੁਤ, ਤੇ ਬਾਕੀ ਪੇਰੈਂਟਸ ਨੂੰ ਸਮਝਾਉਣ ਲਈ ਕਮੇਟੀ ਚਾਹੀਦੀ, ਜਿਹੜੇ ਵਿਚਾਰੇ ਨਹੀਂ ਜਿਹਨਾਂ ਨੂੰ ਪਤਾ ਨੀ ਆ, ਪਰ ਮੇਰੇ ਹਿਸਾਬ ਨਾਲ ਤਾਂ ਵੈਸੇ ਹੋਣਾ ਚਾਹੀਦਾ ਅੱਗੇ ਕਿਸੇ ਨਾ ਕਿਸੇ ਨੂੰ ਵੀ ਏਦਾਂ ਦਾ ਕੁਛ ਕੀਤਾ ਜਾਵੇ। ਬਿਲਕੁਲ ਉਪਰਾਲਾ। ਸੋ ਭੈਣ ਜੀ, ਮੈਂ ਚਾਹੁੰਦੀ ਹਾਂ ਗੱਲਾਂ ਬਾਤਾਂ ਦੇ ਨਾਲ ਨਾਲ ਗੀਤ ਵੀ ਜ਼ਰੂਰ ਚੱਲਦੇ ਰਹਿਣ। ਸੋ ਕੋਈ ਵੀ ਇੱਕ ਐਸਾ ਗੀਤ ਜਿਹੜਾ ਤੁਹਾਡੇ ਦਿਲ ਦੇ ਬਹੁਤ ਨੇੜੇ ਹੋਏ, ਜਿਹੜਾ ਤੁਸੀਂ ਅਕਸਰ ਗੁਣਗੁਣਾਉਂਦੇ ਹੋਵੋ, ਕੋਈ ਇੱਕ ਐਸਾ ਗੀਤ ਉਹਦੀ ਪੇਸ਼ਕਾਰੀ ਹੋ ਜਾਏ। ਇੱਕ ਗਾਣਾ ਸੀ ਮੇਰਾ, ਮਤਲਬ ਕਿ ਸੋਲੋ ਗਾਣਾ ਆਇਆ ਸੀ ਮੇਰਾ, ਮੁੜਦੇ ਪਰਿੰਦੇ ਜੀ, ਉਹ ਮੈਂ ਬਹੁਤ ਗਾਉਂਦੀ ਹੈਗੀ ਹਾਂ ਹਰਮਨ ਜੀ, ਕਿਉਂਕਿ ਉਹ ਪਰਦੇਸੀਆਂ ਤੇ ਗਾਣਾ ਸੀਗਾ ਮੇਰਾ, ਕਿਉਂਕਿ ਹੁਣ ਸਾਡੇ ਵਾਲਾ ਰੇਡੀਓ ਜਿਹੜਾ ਹੈ ਨਾ, ਇਹ ਕਿਆ ਬਾਤ ਹੈ ਇਹਨਾਂ ਦੀ, ਮਤਲਬ ਕਿ ਮੈਂ ਬਹੁਤ ਆਪਣੇ ਆਪ ਨੂੰ ਲੱਕੀ ਸਮਝਦੀ ਹਾਂ ਕਿ ਅੱਜ ਮੇਰੀ ਤੁਸੀਂ ਇੰਟਰਵਿਊ ਕਰ ਰਹੇ ਹਾਂ, ਤੁਹਾਡਾ ਵੀ ਮੈਂ ਥੈਂਕਸ ਕਰਦੀ ਹਾਂ ਕਿ ਨਿਊਜ਼ੀਲੈਂਡ ਦੇ ਵਿੱਚ ਵੀ ਮੇਰੀ ਆਵਾਜ਼ ਅੱਜ ਗੂੰਜੇਗੀ, ਹੈ ਤੇ ਥੈਂਕ ਯੂ ਹੈ ਤੁਹਾਡਾ ਵੀ। ਤੇ ਮੈਂ ਮੁਰਦੇ ਪਰਿੰਦੇ ਮੇਰਾ ਸੌਂਗ ਆਇਆ ਸੀ, ਜਿਸ ਨੂੰ ਬਾ ਕਮਾਲ ਲਿਖਿਆ ਸੀ ਮੇਰੇ ਵੀਰ ਮੱਟ ਸ਼ੇਰੋ ਵਾਲੇ ਨੇ ਜੀ, ਜ਼ਰੂਰ ਹਾਂ, ਤੇ ਮਿਊਜ਼ਿਕ ਉਹਦਾ ਜੱਸੀ ਬ੍ਰਦਰ ਨੇ ਦਿੱਤਾ ਸੀ, ਤੇ ਉਹ ਲਾਈਨਾਂ ਮੈਂ ਤੁਹਾਡੇ ਨਾਲ ਦੋ ਸਾਂਝੀਆਂ ਕਰਦੀ ਜੀ। ਰੋਟੀ ਜੋਗੇ ਹੋ ਗਏ ਪੁੱਤਾ, ਆ ਜਾ ਵੇਖ ਰੇ ਤੂੰ, ਹੋ ਗਈਆਂ ਕਮਾਈਆਂ ਬਹੁਤ, ਛੱਡ ਦੇ ਪਰੇ ਤੂੰ, ਇਹਨਾਂ ਡਾਲਰਾਂ ਦਾ ਲਾਲਚ ਕਰ ਲੈਣਾ, ਵੇ ਬੰਦਾ ਕਦੇ ਵੀ ਨੀ ਰੱਜਦਾ, ਆਥਣੇ ਜਿਆਣੇ ਚ ਮੁੜਦੇ ਪਰਿੰਦਿਆਂ ਨੂੰ ਵੇਖ ਕੇ ਨੀ ਦਿਲ ਲੱਗਦਾ, ਵਾਹ, ਆਥਣੇ ਜਿਆਣੇ ਚ ਮੁੜਦੇ ਪਰਿੰਦਿਆਂ ਨੂੰ
ਵੇਖ ਕੇ ਨੀ ਦਿਲ ਲੱਗਦਾ ਅੰਤਰਾ ਬਹੁਤ ਸੋਹਣਾ ਸੀ ਇੱਕ ਅੰਤਰਾ ਵੀ ਸੁਣਾਉਣੀ ਤੁਹਾਨੂੰ ਜੀ ਪੱਥਰ ਜਾ ਜਰਾ ਕਰ ਭੇਜ ਤਾਂ ਕਿ ਤੈਨੂੰ ਜਿੱਥੇ ਤੇਰਾ ਆਪਣਾ ਨਾ ਕੋਈ ਵੇ ਭਾਵੇਂ ਦੇਖਣ ਨੂੰ ਖੁਸ਼ ਦਿਖਦੀ ਸੀ ਤੈਨੂੰ ਰੱਬ ਜਾਣਦਾ ਮੈਂ ਕਿੰਨਾ ਸੀਗੀ ਰੋਈ ਵੇ ਉਸੇ ਹੀ ਜਹਾਜ਼ ਵਿੱਚ ਬਹਿ ਕੇ ਉੱਡ ਗਿਆ ਜੀ ਤੋਂ ਡਰ ਕੇ ਹੁੰਦਾ ਸੀ ਵੇ ਤੂੰ ਭੱਜਦਾ ਆਥਣੇ ਜੇ ਆਣਿਆਂ ਚ ਮੁੜਦੇ ਪਰਿੰਦਿਆਂ ਨੂੰ ਵੇਖ ਕੇ ਨੀ ਦਿਲ ਲੱਗਦਾ ਬਹੁਤ ਸੋਹਣਾ ਗਾਣਾ ਸੀ ਹਰਮਨਜੀਤ ਕੀ ਬਾਤ ਹੈ ਤੁਸੀਂ ਪਰਦੇਸੀਆਂ ਦਾ ਜਿਹੜਾ ਦਰਦ ਜਾਂ ਕਹਿ ਲਓ ਜੋ ਇੱਕ ਮਾਂ ਜੀ ਰਿਸ਼ਤੇ ਦੀ ਗੱਲ ਇਸ ਗੀਤ ਕੀਤੀ ਹੈ ਕਮਾਲ ਦੀ ਗੱਲ ਹੈ ਜੀ ਵੈਸੇ ਭੈਣ ਜੀ ਅੱਜ ਕੱਲ ਦਾ ਜਿਹੜਾ ਦੌਰ ਚੱਲ ਰਿਹਾ ਇਸ ਵੇਲੇ ਤਾਂ ਨਾ ਵੈਸੇ ਵੀ ਆਪਣੀ ਮਿੱਟੀ ਦੀ ਬਹੁਤ ਖਿੱਚ ਹੋ ਰਹੀ ਹੈ ਕਰੋਨਾ ਦਾ ਕਰਕੇ ਬਹੁਤ ਸਾਰੇ ਲੋਕ ਇਹੋ ਜਿਹੇ ਨੇ ਜਿਹੜੇ ਆਪਣੇ ਵਤਨ ਨੂੰ ਜਾਣਾ ਚਾਹੁੰਦੇ ਨੇ ਜਾਂ ਜਿਨ੍ਹਾਂ ਨੇ ਪਹਿਲਾਂ ਤਿਆਰੀਆਂ ਕੀਤੀਆਂ ਹੋਈਆਂ ਸੀ ਪਰ ਉਹ ਨਹੀਂ ਆ ਸਕੇ ਸੋ ਇਸ ਸੰਦਰਭ ਦੇ ਵਿੱਚ ਹਰ ਪਾਸੇ ਮੰਦੀ ਵੀ ਜ਼ਰੂਰ ਛਾਈ ਹੈ ਹਰ ਪਾਸੇ ਹਰੇਕ ਦੀ ਜੇਬ ਦੇ ਉੱਪਰ ਇਸ ਦੌਰ ਨੇ ਬਹੁਤ ਅਸਰ ਕੀਤਾ ਸੋ ਇਸ ਕਰੋਨਾ ਦਾ ਕਲਾਕਾਰਾਂ ਦੇ ਉੱਪਰ ਗਾਇਕਾਂ ਦੇ ਉੱਪਰ ਵੀ ਬਹੁਤ ਡੂੰਘਾ ਅਸਰ ਹੋਇਆ ਬਹੁਤ ਜ਼ਿਆਦਾ ਅਸਰ ਪਿਆ ਜੀ ਗਿਆਰਾ ਬਹੁਤ ਡੂੰਘਾ ਅਸਰ ਪਿਆ ਜੀ ਸੋ ਪਹਿਲਾਂ ਤਾਂ ਭੈਣ ਜੀ ਪ੍ਰੋਗਰਾਮ ਲੱਗਦੇ ਹੋਣਗੇ ਇਸ ਇਹਨਾਂ ਮਹੀਨਿਆਂ ਦੇ ਵਿੱਚ ਵਾਹਵਾ ਲੱਗਦੇ ਹੋਣਗੇ ਪਰ ਹੁਣ ਕਿੰਨੀ ਖਾਲੀ ਹੋ ਗਿਆ ਜੀ ਸਭ ਕੁਝ ਮੈਂ ਕਿਹਾ ਜੀ ਹਰਮਨ ਜੀ ਵੀ ਤੁਸੀਂ ਯਕੀਨ ਮੰਨੋ ਇਸ ਆਸ ਵਾਰੀ ਦਾ ਜਿਹੜਾ ਸੀਜ਼ਨ ਸੀ ਮੇਲਿਆਂ ਦਾ ਜੀ ਕਿਉਂਕਿ ਪੰਜਾਬ 'ਚ ਆਪਣੇ ਮੇਲੇ ਬਹੁਤ ਹੁੰਦੇ ਆ ਜੀ ਤੇ ਮੇਲੇ ਮਤਲਬ ਕਿ ਐਕਚੁਲੀ ਤੁਹਾਨੂੰ ਪਤਾ ਹੀ ਆ ਵੀ ਕਰੋਨੇ ਨੇ ਮੇਲੇ ਸਾਰੇ ਸਾਡੇ ਗਾਇਬ ਕਰਤੇ ਕਲਾਕਾਰ ਸਾਰੇ ਘਰ ਬਿਠਾਤੇ ਜੀ ਹੈ ਤੇ ਔਖਾ ਤਾਂ ਬਹੁਤ ਹੋਇਆ ਸਾਰੇ ਆਰਟਿਸਟਾਂ ਲਈ ਕਲਾਕਾਰਾਂ ਲਈ ਹੈ ਤੇ ਬਾਕੀ ਸਾਰਿਆਂ ਦੇ ਮਤਲਬ ਕੈਂਸਲ ਹੋ ਗਏ ਪ੍ਰੋਗਰਾਮ ਜੀ ਬਿਲਕੁਲ ਭੈਣ ਜੀ ਇੱਕ ਵੇਲਾ ਹੁੰਦਾ ਸੀ ਜਦੋਂ ਜਿਹੜੀਆਂ ਬੀਬੀਆਂ ਗਾਉਂਦੀਆਂ ਸੀ ਉਹਨਾਂ ਨੂੰ ਬੀਬਾ ਦਾ ਰੁਤਬਾ ਦਿੱਤਾ ਜਾਂਦਾ ਸੀ ਚਾਹੇ ਆਪਾਂ ਨਰਿੰਦਰ ਬੀਬਾ ਦੀ ਗੱਲ ਕਰ ਲਈ ਜਾਂ ਹੋਰ ਬਹੁਤ ਸਾਰੀਆਂ ਗਾਇਕਾਵਾਂ ਨੇ ਜਿਹਨਾਂ ਦੇ ਨਾਲ ਬੀਬਾ ਜੁੜਿਆ ਸੋ ਜੇਕਰ ਅੱਜ ਦੇ ਦੌਰ ਦੀ ਗੱਲ ਕਰੀਏ ਤਾਂ ਤੁਸੀਂ ਜੇਕਰ ਇਹ ਖਿਤਾਬ ਕਿਸੇ ਨੂੰ ਦੇਣਾ ਹੋਏ ਬੀਬਾ ਦਾ ਤਾਂ ਤੁਸੀਂ ਕਿਸ ਨਾਂ ਨਾਲ ਬੀਬਾ ਜੋੜ ਕੇ ਵੇਖ ਸਕਦੇ ਬੀਬਾ ਮਤਲਬ ਕਿ ਦੁਬਾਰਾ ਮੈਨੂੰ ਇੱਕ ਵਾਰੀ ਫੇਰ ਪੁੱਛੋ ਕੁਐਸਚਨ ਦੁਬਾਰਾ ਆਪਾਂ ਇੱਕ ਵੇਲਾ ਸੀ ਜਦੋਂ ਇੱਜ਼ਤ ਦੇ ਤੌਰ ਤੇ ਗਾਇਕਾਵਾਂ ਦੇ ਨਾਲ ਬੀਬਾ ਅੱਖਰ ਸੁਣਦੇ ਰਹੇ ਠੀਕ ਹੈ ਜੀ ਨਹੀਂ ਜੀ ਤੇ ਅੱਜ ਦੇ ਦੌਰ ਚ ਤੁਸੀਂ ਕਿਹਨੂੰ ਇਹ ਜੇ ਨਾਮ ਦੇਣਾ ਹੋਏ ਬੀਬਾ ਦਾ ਜਿਹੜਾ ਖਿਤਾਬ ਦੇਣਾ ਹੋਏ ਕਿਹਨੂੰ ਦਿਓਗੇ ਮੈਂ ਬੀਬਾ ਦਾ ਖਿਤਾਬ ਦੇਣਾ ਹੋਵੇ ਤਾਂ ਕਿਹਨੂੰ ਦਵਾਂਗੇ ਜੀ ਮੈਂ ਤਾਂ ਕਹਿੰਦੀ ਚਲੋ ਸਾਰੇ ਬੀਬੇ ਹੀ ਆ ਜਿੰਨੇ ਵੀ ਮੈਂ ਮੇਰੀ ਤਾਂ ਹੁਣ ਇਹੀ ਸੋਚ ਹੈਗੀ ਵੈਸੇ ਮੈਂ ਜਿੱਥੋਂ ਤੱਕ ਦੇਖਿਆ ਨਾ ਮੇਰੀ ਸੋਚ ਅੱਜ ਕੱਲ ਦੇ ਸਮੇਂ ਦੇ ਹਿਸਾਬ ਨਾਲ ਜੀ ਮੈਂ ਇੱਕ ਲੜਕੀ ਮੈਨੂੰ ਬਹੁਤ ਹੀ ਪਸੰਦ ਆ ਵੈਸੇ ਆਪਣੀ ਇਸ ਲਾਈਨ ਦੇ ਵਿੱਚ ਜੀ ਮੈਂ ਅੱਜ ਉਹਦਾ ਜ਼ਿਕਰ ਹੀ ਕਰ ਦਿੰਦੀ ਹਾਂ ਕਿਉਂਕਿ ਮੈਨੂੰ ਨਾ ਨਿਮਰਤ ਖਹਿਰਾ ਜਿਹੜੀ ਕੁੜੀ ਆ ਜੀ ਨਿਮਰਤ ਖਹਿਰਾ ਕੁੜੀ ਮਤਲਬ ਕਿ ਮੈਨੂੰ ਬਹੁਤ ਮੈਂ ਉਹਨੂੰ ਲਾਈਕ ਕਰਦੀ ਹਾਂ ਸਿੰਪਲ ਸੋਬਰ ਔਰ ਬਹੁਤ ਹੀ ਅੱਛੀ ਪਰਸਨੈਲਿਟੀ ਤੇ ਮੈਂ ਚਾਹੁੰਦੀ ਵੀ ਬੀਬਾ ਨਿਮਰਤ ਬੀਬਾ ਵੀ ਲੱਗਣਾ ਚਾਹੀਦਾ ਉਹਦੇ ਅੱਗੇ ਨਿਮਰਤ ਖਹਿਰਾ ਦੇ ਅੱਗੇ ਬੀਬਾ ਲੱਗਣਾ ਚਾਹੀਦਾ ਕਿਉਂਕਿ ਉਹ ਲੜਕੀ ਮੈਨੂੰ ਮੈਂ ਬਹੁਤ ਜ਼ਿਆਦਾ ਉਹਨੂੰ ਲਾਈਕ ਕਰਦੀ ਹਾਂ ਬਹੁਤ ਜ਼ਿਆਦਾ ਜੀ ਸੋ ਜੀ ਬਹੁਤ ਚੰਗਾ ਲੱਗਿਆ ਭੈਣ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਨਾਲ ਵਿਚਾਰਾਂ ਦੀ ਸਾਂਝ ਪਾ ਕੇ ਸੋ ਜਾਂਦੇ ਜਾਂਦੇ ਸਾਡੇ ਸਰੋਤਿਆਂ ਨੂੰ ਜੇ ਕੋਈ ਸੁਨੇਹਾ ਦੇਣਾ ਚਾਹੋ ਤਾਂ ਸੁਨੇਹਾ ਮੈਂ ਇਹੀ ਦੇਣਾ ਚਾਹੁੰਦੀ ਹਾਂ ਹਰਮਨ ਜੀ ਕਿਉਂਕਿ ਕਰੋਨੇ ਦਾ ਜਿਹੜਾ ਹਾਲ ਚੱਲ ਰਿਹਾ ਇਹਦੇ ਤੋਂ ਆਪਣਾ ਸਾਰੇ ਜਣੇ ਆਪੋ ਆਪਣਾ ਸਾਰੇ ਦੇਸਾਂ ਪ੍ਰਦੇਸਾਂ ਦੇ ਵਿੱਚ ਆਪਣਾ ਮਤਲਬ ਕਿ ਸੇਫ ਰਹਿਣ ਮਤਲਬ ਕਿ ਆਪਣਾ ਧਿਆਨ ਰੱਖਣ ਸਾਰੇ ਆਪਣਾ ਖਿਆਲ ਰੱਖਣ ਤੇ ਬਾਕੀ ਗਾਣੇ ਵਧੀਆ ਵਧੀਆ ਸੁਣਨ ਵਧੀਆ ਵਧੀਆ ਗਾਣਿਆਂ ਨੂੰ ਐਪਰੀਸ਼ੀਏਟ ਕਰਨ ਔਰ ਵਧੀਆ ਸੁਣਨ ਹਨਾ ਤੇ ਬਾਕੀ ਪੰਜਾਬੀ ਆਪਣੀ ਮਾਂ ਬੋਲੀ ਨੂੰ ਕਦੇ ਵੀ ਦਿਲੋਂ ਨਾ ਵਿਸਾਰਨ ਪੰਜਾਬੀ ਮਾਂ ਬੋਲੀ ਨਾਲ ਮਤਲਬ ਕਿ ਪਿਆਰ ਕਰਨ ਤੇ ਆਪਣੀ ਮਿੱਟੀ ਦੇ ਨਾਲ ਜੁੜੇ ਰਹਿਣ ਬਸ ਮੇਰਾ ਇਹੀ ਮੈਸੇਜ ਆ ਸਾਰਿਆਂ ਨੂੰ ਕਿ ਪੰਜਾਬੀ ਮਾਂ ਬੋਲੀ ਸਾਡੀ ਬਹੁਤ ਹੀ ਅਮੀਰ ਵਿਰਸਾ ਆ ਇਹਦੇ ਇਹਨੂੰ ਕਦੇ ਵੀ ਮਨੋਂ ਨਹੀਂ ਵਿਸਾਰਨਾ ਚਾਹੀਦਾ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਸੀਂ ਸਾਡੇ ਵਾਲਾ ਰੇਡੀਓ ਨੂੰ ਆਪਣਾ ਸਮਾਂ ਦਿੱਤਾ ਇਹਦੇ ਲਈ ਦਿਲੋਂ ਧੰਨਵਾਦ ਹੈ ਜੀ ਜਦੋਂ ਕਿਤੇ ਮੌਕਾ ਮਿਲਿਆ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਜੀ ਬਹੁਤ ਬਹੁਤ ਸ਼ੁਕਰੀਆ
ਮੈਂ ਕਿ ਸ਼ੁਕਰੀਆ ਜੀ ਮੇਰਾ ਆਪਣਾ ਹਰਮਨ ਜੀ ਤੁਹਾਡਾ ਵੀ ਮੈਂ ਸਾਡੇ ਵਾਲੇ ਰੇਡੀਓ ਨੂੰ ਦੁਬਾਰਾ ਧੰਨਵਾਦ ਕਰਦੀ ਹਾਂ ਤੁਹਾਡਾ ਵੀ ਧੰਨਵਾਦ ਕਰਦੀ ਹਾਂ ਜੀ ਕਿ ਤੁਸੀਂ ਮੈਨੂੰ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦਿੱਤਾ ਸੋ ਦਿਲੋਂ ਧੰਨਵਾਦ ਆ ਜੀ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਜੀ।